ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੁਲਿਸ ਨੇ ਇੱਕ ਵੱਡੀ ਗੈਰ ਕਾਨੂੰਨੀ ਡਰੱਗ ਲੈਬ, ਜਿਹਨੂੰ ਸੁਪਰ ਲੈਬ ਕਿਹਾ ਜਾ ਰਿਹਾ, ਉਹ ਫੜੀ ਆ। ਲਗਭਗ 6 ਮਹੀਨੇ ਲਾਏ ਇਹਨਾਂ ਨੇ ਇਨਵੈਸਟੀਗੇਸ਼ਨ ਦੇ ਉੱਤੇ। ਰੇਡ ਕਰਨ ਤੋਂ ਪਹਿਲਾਂ 4 ਥਾਵਾਂ ਦੇ ਉੱਤੇ ਰੇਡ ਕੀਤੀ ਹੈ 16 ਅਤੇ 17 ਅਕਤੂਬਰ ਨੂੰ। ਇੱਕ ਥਾਂ ਇਹਦੇ ਵਿੱਚ ਲੈਂਗਲੀ ਦੇ ਵਿੱਚ ਫਾਰਮ ਆ, ਅਤੇ ਜਿਹੜੀ ਲੈਬ ਆ ਉੱਥੇ, ਜਿਹੜੀ ਕਿ ਬਹੁਤ ਵੱਡੀ ਅਮਾਊਂਟ ਦੇ ਵਿੱਚ ਫੈਂਟਾਨਿਲ ਬਣਾ ਰਹੀ ਹੈ। ਪੁਲਿਸ ਨੇ 2 ਜਣਿਆਂ ਨੂੰ ਗ੍ਰਿਫਤਾਰ ਕੀਤਾ, ਬਹੁਤ ਸਾਰਾ ਕੈਮੀਕਲ ਫੜਿਆ ਇਹਨਾਂ ਨੇ, ਜਿਹੜਾ ਕੈਮੀਕਲ ਇਸ ਖਤਰਨਾਕ ਡਰੱਗ ਨੂੰ ਬਣਾਉਣ ਦੇ ਲਈ ਵਰਤਿਆ ਜਾ ਰਿਹਾ ਸੀ। ਇੱਕ ਹੋਰ ਲੋਕੇਸ਼ਨ ਦੇ ਉੱਤੇ ਰੇਡ ਕੀਤੀ ਆ। ਇਹ ਘਰ ਦੱਸਦੇ ਆ ਜਿਹਦੇ ਵਿੱਚ ਲੋਕ ਰਹਿੰਦੇ ਆ ਅਤੇ ਇਹਦੇ ਵਿੱਚ ਇਨਵੋਲਵ ਦੱਸੇ ਗਏ ਆ। ਉਹ ਕਹਿੰਦੇ ਕਿ 3 ਦਿਨ ਲੱਗੇ ਇਹਨਾਂ ਨੂੰ, ਜਿਹੜਾ ਇਹ ਮਤਲਬ ਲੈਬ ਨੂੰ ਪਾਰਟ ਕਰਨ ਦੇ ਵਿੱਚ, ਅਤੇ ਜਿਹੜਾ ਹਾਰਮਫੁਲ ਮਟੀਰੀਅਲ ਆ ਉਹਦੇ ਵਿੱਚੋਂ ਬਾਹਰ ਕੱਢਣ ਦੇ ਲਈ। ਥੋੜ੍ਹਾ ਚਿਰ ਜਿਹੜਾ ਪਹਿਲਾਂ ਹੀ ਪੁਲਿਸ ਨੇ ਇੱਕ ਹੋਰ ਵੱਡੀ ਲੈਬ ਜਿਹੜੀ ਕੈਮਲੂਪਸ ਦੇ ਨੇੜੇ ਉੱਥੋਂ ਫੜੀ ਸੀਗੀ, ਔਰ ਇਹ ਕੈਨੇਡੀਅਨ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਡਰੱਗ ਲੈਬ ਦੱਸੀ ਗਈ ਸੀ। ਔਰ ਉਸ ਲੈਬ ਦੇ ਵਿੱਚ ਇੰਨੇ ਕੁ ਕੈਮੀਕਲ ਸੀਗੇ ਕਿ 95 ਮਿਲੀਅਨ ਜਿਹੜੀਆਂ ਇਹਦੀਆਂ ਮਾਰੂ ਡੋਜ਼ ਸੀਗੀਆਂ ਫੈਂਟਾਨਿਲ ਦੀਆਂ ਬਣਾਈਆਂ ਜਾ ਸਕਦੀਆਂ ਸੀ। ਪੁਲਿਸ ਨੂੰ ਇਸ ਗੱਲ ਦੇ ਵਿੱਚ ਯਕੀਨ ਆ ਕਿ ਜਿਹੜਾ ਔਰਗੇਨਾਈਜ਼ਡ ਕ੍ਰਾਈਮ ਗਰੁੱਪਸ ਆ ਉਹ ਇਹਨਾਂ ਲੈਬਸ ਨੂੰ ਰਨ ਕਰ ਰਹੇ ਆ, ਅਤੇ ਇਹ ਲੈਬਸ ਬਹੁਤ ਖਤਰਨਾਕ ਨੇ ਦੇਸ਼ ਦੇ ਲਈ, ਕਮਿਊਨਿਟੀਜ਼ ਦੇ ਲਈ। ਅਤੇ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਡਰੱਗ ਓਵਰਡੋਜ਼ ਪੂਰੇ ਕੈਨੇਡਾ ਦੇ ਵਿੱਚ ਹੋ ਰਹੀ ਆ ਉਹਦੇ ਲਈ ਜ਼ਿੰਮੇਵਾਰ ਨੇ। ਮਸਲਾ ਬਹੁਤ ਵੱਡਾ ਆ। ਕਿਸੇ ਵੇਲੇ ਡਰੱਗ ਬਾਹਰੋਂ ਆਉਂਦੀ ਆ, ਇੱਧਰੋਂ ਬਾਰਡਰ ਤੋਂ ਬਾਹਰੋਂ ਆ ਜਾਂਦੀ ਜਾਂ ਕੰਟੇਨਰਸ ਦੇ ਵਿੱਚ ਕਿਸੇ ਹੋਰ ਥਾਂ ਤੋਂ ਆ ਜਾਂਦੀ, ਅਤੇ ਸਰਕਾਰ ਇਹ ਕਹਿੰਦੀ ਆ ਜਾਂ ਪੁਲਿਸ ਇਹ ਕਹਿੰਦੀ ਆ ਕਿ ਜਿੰਨਾ ਸਮਾਨ ਬਾਰਡਰ ਦੇ ਉੱਤੋਂ ਰੋਜ਼ ਕ੍ਰੋਸ ਹੁੰਦਾ ਜਾਂ ਜਿੰਨੇ ਕੰਟੇਨਰ ਇੱਥੇ ਆਉਂਦੇ ਆ, ਹੁਣ ਕਿਹੜੇ ਕੰਟੇਨਰ ਦੇ ਕਿਹੜੇ ਖੂੰਜੇ ਦੇ ਵਿੱਚ ਡਰੱਗ ਪਈ ਆ ਲੱਭਿਆ ਨਹੀਂ ਜਾ ਸਕਦਾ, ਪ੍ਰੈਕਟੀਕਲੀ ਪੋਸੀਬਲ ਨਹੀਂ। ਮਤਲਬ ਇੱਕ ਤਰੀਕੇ ਨਾਲ ਉਹੀ ਚੀਜ਼ ਆ ਕਿ ਉਹਨਾਂ ਸਾਰਿਆਂ ਨੂੰ ਰੋਕ ਕੇ ਤਾਂ ਖੋਲ੍ਹ ਖੋਲ੍ਹ ਦੇਖ ਕੇ ਅੱਗੇ ਕਰਨ ਵਾਲੀ ਗੱਲ ਆ, ਜਿਹੜਾ ਕਿ ਹੋ ਨਹੀਂ ਸਕਦਾ। ਇਸ ਕਰਕੇ ਡਰੱਗ ਰੁਕਦੀ ਨਹੀਂ, ਜਿਹੜੀ ਫੜੀ ਵੀ ਜਾਂਦੀ ਆ ਉਹ ਕੁਛ ਪਰਸੈਂਟ ਹੀ ਹੁੰਦੀ ਆ, ਜ਼ਿਆਦਾ ਡਰੱਗ ਜਿਹੜੀ ਉਹ ਤਾਂ ਲੰਘ ਜਾਂਦੀ। ਪਰ ਇਹ ਹੁਣ ਪਿਛਲੇ ਸਮੇਂ ਦੇ ਵਿੱਚ ਮਹੀਨੇ ਕੁ ਦੇ ਵਿੱਚ 4 ਵੱਡੇ ਪੁਲਿਸ ਨੇ ਓਪਰੇਸ਼ਨ ਦੇ ਵਿੱਚ ਡਰੱਗ ਅਤੇ ਅਸਲਾ ਫੜਿਆ। 4 ਦੇ ਵਿੱਚ 2 ਦੇ ਵਿੱਚ ਡਰੱਗ ਲੈਬਸ ਨੇ, ਜਿਹੜੀਆਂ 2 ਵੱਡੀਆਂ ਡਰੱਗ ਲੈਬਸ ਨੇ, ਇੱਕ ਫਾਕਪਾਟ ਦੇ ਵਿੱਚ ਅਤੇ ਕੈਮਲੂਪਸ ਦੇ ਨੇੜੇ ਫੜੀ ਸੀਗੀ, ਜਿਹੜੀ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਡਰੱਗ ਲੈਬ ਦੱਸੀ ਜਾ ਰਹੀ ਹੈ। ਦੂਜੀ ਹੁਣ ਇਹ ਜਿਹੜੀ ਇਹਨਾਂ ਨੇ 2 ਦਿਨ ਦੇ ਵਿੱਚ 4 ਥਾਵਾਂ ਦੇ ਉੱਤੇ ਰੇਡ ਕੀਤੀ ਹੈ, ਅਤੇ ਲੈਂਗਲੀ ਦੇ ਵਿੱਚੋਂ ਇੱਥੋਂ ਬ੍ਰਿਟਿਸ਼ ਕੋਲੰਬੀਆ ਦੇ ਨਾਲ ਇਹ ਡਰੱਗ ਲੈਬ ਫੜੀ ਜਾ ਰਹੀ ਹੈ। ਇਹ ਸੁਪਰ ਲੈਬ 'ਤੇ ਰੌਲਾ ਇਹ ਦੱਸਦੇ ਆ ਕਿ ਇਹਦੇ ਵਿੱਚ ਫੈਂਟਾਨਿਲ ਬਣਦੀ ਹੈ। ਫੈਂਟਾਨਿਲ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੈਮੀਕਲ ਆ, ਅਤੇ ਇਹ ਮਤਲਬ ਕਹਿ ਲਓ ਕਿ ਇੰਨਾ ਕੁ ਖਤਰਨਾਕ ਆ ਵੀ ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਦਿੱਤਿਆਂ ਵੀ ਜਾਨ ਚਲੀ ਜਾਂਦੀ ਹੈ। ਪਰ ਹੁਣ ਇੱਕ ਤਾਂ ਇੱਥੇ ਫੈਂਟਾਨਿਲ ਬਣਨ ਲੱਗ ਪਈ ਬਾਹਰੋਂ ਆਉਂਦੀ ਨਹੀਂ, ਦੂਜਾ ਔਰ ਇਹ ਜਿਹੜਾ ਡਰੱਗ ਦੇ ਵਿੱਚ ਹੋਰ ਕੈਮੀਕਲ ਬਣਾਏ ਜਾ ਰਹੇ ਆ, ਔਰ ਉਹ ਕੈਮੀਕਲ ਇੰਨੇ ਖਤਰਨਾਕ ਨੇ ਕਿ ਜੇ ਉਹਨੂੰ ਇਹਦੇ ਵਿੱਚ ਪਾ ਦਿਓ ਤੁਸੀਂ ਫੈਂਟਾਨਿਲ ਦੇ ਵਿੱਚ, ਅਤੇ ਉਹਦੇ ਨਾਲ ਜਿਹੜਾ ਨਲਕਸਨ ਕਿੱਟ ਆ ਉਹਦਾ ਅਸਰ ਹੁਣ ਉਹ ਹਟ ਜਾਂਦਾ। ਨਲਕਸਨ ਕਿੱਟਸ ਇੱਥੇ ਅਵੇਲੇਬਲ ਹੁੰਦੀਆਂ, ਜਿਹਦਾ ਜਦੋਂ ਕਿਸੇ ਨੂੰ ਓਵਰਡੋਜ਼ ਹੋ ਜਾਵੇ ਉਹਨੂੰ ਉਹਦੇ ਨਾਲ ਠੀਕ ਕਰ ਦਿੱਤਾ ਜਾਂਦਾ, ਪਰ ਹੁਣ ਇਹਦੇ ਨਾਲ ਕਹਿੰਦੇ ਉਹਦਾ ਵੀ ਅਸਰ ਕੋਈ ਨਹੀਂ ਹੁੰਦਾ, ਸਗੋਂ ਜਿਹੜਾ ਆ ਉਹ ਨਲਕਸੋਨ ਕਿੱਟ ਵੀ ਉਸ ਵਿਅਕਤੀ ਦੇ ਉੱਤੇ ਅਸਰ ਨਹੀਂ ਕਰਦੀ ਅਤੇ ਉਹਦੀ ਜਾਨ ਨਹੀਂ ਬਚਦੀ। ਲਗਾਤਾਰ ਪਿਛਲੇ ਦਿਨਾਂ ਦੇ ਵਿੱਚ 4 ਵੱਡੇ ਇਹ ਗੈਂਗਸ ਜਿਹੜੇ ਆ ਇਹਨਾਂ ਨੂੰ ਐਕਸਪੋਜ਼ ਕੀਤਾ ਆ ਪੁਲਿਸ ਨੇ, ਅਤੇ 2 ਡਰੱਗ ਲੈਬਸ ਇਹਨਾਂ ਦੇ ਵਿੱਚ ਸ਼ਾਮਲ ਨੇ।
ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।